ਸਤਿ ਸ਼੍ਰੀ ਅਕਾਲ ਮੇਰੇ ਜਾਨੀ ਰੂਪਕੌਰ ਵੱਲੋਂ ਤੁਹਾਡਾ ਆਡੀਓ ਨਾਵਲ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਸਾਹਮਣੇ ਜਸਵੰਤ ਸਿੰਘ ਕਵਲ ਹੋਰਾਂ ਦੀ ਰਚਨਾ ਸੱਚ ਨੂੰ ਫਾਂਸੀ ਦਾ ਭਾਗ ਦੂਜਾ ਲੈ ਕੇ ਹਾਜ਼ਰ ਹੋਈਆਂ ਆਓ ਸ਼ੁਰੂ ਕਰੀਏ ਭਾਗ ਦੂਜਾ ਪੰਜਾਬ ਦਾ ਕੋਈ ਪਿੰਡ ਹੀ ਅਮਨ ਚੈਨ ਨਾਲ ਵਸਦਾ ਹੋਵੇਗਾ ਨਹੀਂ ਤਾਂ ਹਰ ਪਿੰਡ ਵਿੱਚ ਆਏ ਦਿਨ ਲੜਾਈਆਂ ਹੀ ਹੁੰਦੀਆਂ ਰਹਿੰਦੀਆਂ ਹਨ ਪਿੰਡ ਦੇ ਖਾਲ ਵਟ ਬੰਨੇ ਜਲ ਸੇ ਗੌਣ ਪਾਣੀ ਦੀਆਂ ਵਾਰੀਆਂ ਅਤੇ ਠੱਠਾ ਮਸਕਰੀ ਸਭ ਕਲਾ ਦੇ ਮੂਲ ਹਨ ਵਸਤਵ ਵਿੱਚ ਜੇ ਦੇਖਿਆ ਜਾਏ ਤਾਂ ਇਹ ਮਾਮੂਲੀ ਗੱਲਾਂ ਹਨ ਇਸ ਲੜਾਈ ਝਗੜੇ ਦੀ ਅਸਲ ਵਜ੍ਹਾ ਅਵਿਦਿਆ ਤੇ جہਾਲਤ ਦਾ ਅਸਰ ਹੈ ਇਹ ਮੂਰਖ ਭਰਾ ਭਰਾ ਦਾ ਖੂਨ ਕਰਕੇ ਪਛਤਾਉ ਦੀ ਥਾਂ ਖੁਸ਼ੀ ਦੀਆਂ ਚੁਟਕੀਆਂ ਮਾਰਦੇ ਹਨ ਜਿਵੇਂ ਅਫਦਾਲੀ ਦਾ ਸਿਪਾਹੀ ਟਾ ਲਿਆ ਹੁੰਦਾ ਹੈ ਇਸ ਤਰ੍ਹਾਂ ਸ਼ਰੀਕੇ ਵਾਲੇ ਪਿੰਡ ਵਿੱਚ ਗਰੀਬ ਦੀ ਜ਼ਿੰਦਗੀ ਬੜੀ ਤਰਸਜੋਗ ਹੋ ਜਾਂਦੀ ਹੈ। ਦੋਵੇਂ ਪਾਰਟੀਆਂ ਉਹਨਾਂ ਤੇ ਦਬਾਅ ਪਾਉਂਦੀਆਂ ਹਨ। ਮਾੜੇ ਦੀ ਨੌਤੀ ਦੀ ਇੱਜ਼ਤ ਤਕੜਿਆਂ ਦਾ ਸ਼ੁਗਲ ਬਣ ਜਾਂਦੀ ਹੈ। ਚੋਰੀਆਂ, ਡਾਕੇ ਤੇ ਕਤਲ ਇਸ ਪੈੜੀ ਵਬਾ ਦਾ ਸਿੱਟਾ ਹੁੰਦੇ ਹਨ। ਕਬਰ ਦਾ ਪਿੰਡ ਵੀ ਲੜਾਈ ਝਗੜਿਆਂ ਦਾ ਗੜ ਬਣ ਚੁੱਕਾ ਸੀ। ਪਿੰਡ ਦੇ ਦੋ ਢੜੇ ਸਨ। ਇੱਕ ਪਾਰਟੀ ਰਸਾਲਦਾਰ ਕਿਸ਼ਨ ਸਿੰਘ ਦੇ ਪੁੱਤਰ ਸਰਵੰਤ ਤੇ ਗਿੰਦਰ ਦੇ ਸੀ। ਦੇ ਦੁੱਜੇ ਪਾਸੇ ਘੇਰੂ ਮਲਵਾਈ ਸੀ ਕੋਈ ਵੀ ਇੱਕ ਦੂਜੇ ਦਾ ਵਸਾ ਨਹੀਂ ਸੀ ਖਾਂਦਾ ਕਸੀ ਦੇ ਪਾਣੀ ਦੀਆਂ ਵਾਰੀਆਂ ਹਰ ਤਰ੍ਹਾਂ ਬਿੜਕ ਨਾਲ ਹਥਿਆਰ ਬੰਦ ਹੋ ਕੇ ਲਾਈਆਂ ਜਾਂਦੀਆਂ ਸਨ ਸਾਰਾ ਪਿੰਡ ਪਾਰਟੀ ਬਾਜੀ ਹੱਥੋਂ ਤੰਗ ਸੀ ਅਤੇ ਤਰਾਤਰਾ ਕਰਦਿਆਂ ਦੁੱਖ ਦੀ ਰਾਤ ਲਗਾਉਂਦਾ ਸੀ ਰਾਤ ਦੇ 8:00 ਵਜੇ ਦਾ ਵੇਲਾ ਸੀ ਕਬਰ ਨਹਾ ਕੇ ਰੋਟੀ ਖਾਣ ਦੀ ਤਿਆਰੀ ਕਰ ਰਿਹਾ ਸੀ ਉਦੋਂ ਹੀ ਪਿੰਡ ਵਿੱਚ ਲਾਲਾ ਲਾਲਾ ਹੋ ਉੱਠੀ ਇਹ ਪਿੰਡ ਇਸ ਤਰ੍ਹਾਂ ਦੀ ਬਰਬਾਦ ਹੋ ਜਾਣਾ ਏ ਕਵਰ ਇਹ ਆਖ ਬਾਹਰ ਨਿਕਲਿਆ ਅਤੇ ਕਾਲੀ-ਕਾਲੀ ਉਸ ਪੀੜ ਵਿੱਚ ਚਲਾ ਗਿਆ ਜਿੱਥੇ ਦੋਵੇਂ ਟੀਰਾ ਆਪੋ-ਆਪੇ ਵਿੱਚ ਗਾਲੋ-ਗਾਲੀ ਹੋ ਰਹੀਆਂ ਸਨ ਉਸ ਦੋਹਾਂ ਪਾਸਿਆਂ ਨੂੰ ਚੁੱਪ ਕਰਾਉਂਦਿਆਂ ਕਿਹਾ ਆਖਰ ਇਸ ਪਿੰਡ ਨੇ ਕਿਹੜਾ ਗੁਨਾਹ ਕੀਤਾ ਹੈ ਕਿ ਤੁਸੀਂ ਇਸ ਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਿੰਦੇ ਅਜੇਹੀਆਂ ਨੰਗੀਆਂ ਗਾਲਾਂ ਕੱਢਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਕਿ ਤੁਹਾਡੀਆਂ ਕੀ ਮਾਵਾਂ ਤੇ ਪੈਣਾ ਸੁਣ ਰਹੀਆਂ ਹਨ ਸੋਚੋ ਇੱਕ ਦੂਜੇ ਨੂੰ ਮਾਰ ਕੁੱਟ ਕੇ ਜਾਂ ਦਬਾ ਪਾ ਕੇ ਤੁਸੀਂ ਕੀ ਬਣ ਜਾਓਗੇ ਭਰਾ ਦੇ ਕਾਤਲ ਨੂੰ ਕਿਸੇ ਬਹਾਦਰ ਨਹੀਂ ਕਿਹਾ ਤੁਸੀਂ ਇੱਕੋ ਪਿੰਡ ਦੇ ਵਸਨੀਕ ਹੋ ਤੁਹਾਡੀ ਸਾਰਿਆਂ ਦੀ ਇੱਜ਼ਤ ਸਾਂਝੀ ਹੋਣੀ ਚਾਹੀਦੀ ਹੈ ਤੁਸੀਂ ਕਿਉਂ ਮਾਮੂਲੀ ਮਾਮੂਲੀ ਗੱਲਾਂ ਨੂੰ ਜੱਦੀ ਦੁਸ਼ਮਣੀਆਂ ਬਣਾਉਂਦੇ ਹੋ ਜਿਸ ਦਰਖਤ ਦੇ ਪੱਤੇ ਆਪਸ ਵਿੱਚ ਹੀ ਖੈਣ ਲੱਗ ਪੈਣ ਸਿਵਾਏ ਇਸ ਦੇ ਕਿ ਉਹ ਬਿਰਛ ਥੋੜੇ ਦਿਨਾਂ ਵਿੱਚ ਹੀ ਰੰਡਾ ਹੋ ਜਾਵੇ ਹੋਰ ਕੁਝ ਨਹੀਂ ਹੋਵੇਗਾ ਤੁਹਾਡੇ ਹੱਥੋਂ ਪਿੰਡ ਬੜਾ ਦੁਖੀ ਹੈ ਮੈਨੂੰ ਤੁਹਾਡੀਆਂ ਜਵਾਨੀਆਂ ਦੇਖ ਕੇ ਤਰਸ ਹੀ ਨਹੀਂ ਰੋਣਾ ਆਉਂਦਾ ਹੈ ਮੈਨੂੰ ਸਮਝ ਨਹੀਂ ਪੈਂਦੀ ਕਿ ਤੁਸੀਂ ਕਿਵੇਂ ਬੇਕਿਰਕ ਹਥਿਆਰ ਨਾਲ ਇੱਕ ਦੂਜੇ ਦਾ ਰਾਹ ਰੋਕ ਲਉਂਦੇ ਹੋ ਤੁਹਾਡੇ ਨਾਲੋਂ ਤਾਂ ਜੰਗਲੀ ਮਾਰੂ ਜਾਨਵਰ ਹੀ ਚੰਗੇ ਹਨ ਜਿਹੜੇ ਭੁੱਖ ਤੋਂ ਬਿਨਾਂ ਕਿਸੇ ਜੀਵ ਜੰਤੂ ਨੂੰ ਨਹੀਂ ਮਾਰਦੇ ਆਓ ਹੁਣ ਬਥੇਰਾ ਲੜ ਲਿਆ ਬਹੁਤ ਕੁਝ ਕਹਿ ਸੁਣ ਲਿਆ ਇੱਕ ਦੂਜੇ ਤੋਂ ਮੁਆਫੀਆਂ ਮੰਗੋ ਤੇ ਸੇਲੇ ਪਾਰੇ ਪਰਾਂ ਸੁੱਟ ਕੇ ਜੱਫੀਆਂ ਪਾ ਕੇ ਮਿਲੋ ਜਿਵੇਂ ਵਿਛੜੇ ਵੀਰ ਮਿਲਦੇ ਹਨ ਹਥਿਆਰ ਨਾਲ ਹੱਸਦੇ ਖੇੜਦੇ ਜ਼ਿੰਦਗੀ ਦੀਆਂ ਮਿੱਠੀਆਂ ਕੜੀਆਂ ਬਿਤਾਓ ਕੇ ਰੂ ਜਿਹੜਾ ਧੋਨਨੀ ਵੀ ਕਰਕੇ ਸੁਣੇ ਜਾ ਰਿਹਾ ਸੀ ਬੋਲਿਆ ਕंवर ਜੀ ਅਸੀਂ ਤਾਂ ਸਭ ਗੱਲਾਂ ਤੇ ਮਿੱਟੀ ਪਾ ਕੇ ਹੋਉ ਕਰਦੇ ਹਾਂ ਪਰ ਇਸ ਰਿਸਾਲਦਾਰ ਦੇ ਮੁੰਡੇ ਤੇ ਅਨਹੋਈਆਂ ਦਬਾਅ ਪਾਉਂਦੇ ਹੋ ਪਾਉਂਦੇ ਹਨ ਸੱਚੀ ਗੱਲ ਹੈ ਸਾਥੋ ਇਹ ਨਹੀਂ ਚੱਲਿਆ ਜਾਂਦਾ ਦਬਾਅ ਹੋਣਾ ਤਾਂ ਇੱਕ ਪਾਸੇ ਇੱਕ ਦੀ ਸੁਭਾਵਨਾ ਹੀ ਉਡਾ ਦੇਣੀ ਚਾਹੀਦੀ ਹੈ ਕਵਰ ਨੇ ਠਰਮੇ ਨਾਲ ਉੱਤਰ ਦਿੱਤਾ ਅਸੀਂ ਤਾਂ ਕਾਰੀ ਆਦਮੀ ਹਾਂ ਮਿਹਨਤ ਕਰਕੇ ਟੁੱਕ ਖਾਣ ਵਾਲੇ ਅਸੀਂ ਦੋਹੀ ਹੱਥੀ ਸ਼ਰੀਕਾ ਛੱਡਦੇ ਹਾਂ ਰਾਜੀਨਾਮੇ ਲਈ ਤਿਆਰ ਹਾਂ ਕੇਰੂ ਦਾ ਜਵਾਬ ਸੁਣ ਕੇ ਕਵਰ ਨੇ ਦੂਰ ਖਲੋਤੇ ਸਰਵਣ ਹੋਰਾਂ ਤੋਂ ਪੁੱਛਿਆ ਫੇਰ ਤੁਸੀਂ ਕਿਉਂ ਨਹੀਂ ਇਸ ਰੇਡਕੇ ਨੂੰ ਮੁਕਾਉਂਦੇ ਜਦੋਂ ਰੋਲਾ ਕਿਸੇ ਵੀ ਗੱਲ ਦਾ ਨਹੀਂ ਤੁਸੀਂ ਕਿਸੇ ਤੇ ਦਬਾਅ ਪਾ ਕੇ ਕਿੰਨੇ ਕੁ ਵੱਡੇ ਹੋ ਜਾਓਗੇ ਤੈਨੂੰ ਗਵਰ ਨਹੀਂ ਪਤਾ ਇਸ ਜੱਟ ਵਿੱਚ ਕਿੰਨੀਆਂ ਕੁ ਗੁੰਜਲਾਂ ਹਨ ਜਿੰਨਾ ਚਿਰ ਅਸੀਂ ਇਸ ਦੇ ਵੱਟ ਨਹੀਂ ਕੱਢ ਲੈਂਦੇ ਉਹਨਾਂ ਚਿਰ ਰਾਜੀ ਨਾ ਮਾ ਨਹੀਂ ਕਰਨਾ ਸਰਵੰਦ ਦੇ ਬੋਲ ਤੋਂ ਪਤਾ ਲੱਗਦਾ ਸੀ ਕਿ ਉਹ ਬਹੁਤ ਸ਼ਰਾਬੀ ਹੈ ਬੱਚੂ ਘੇਰੀਆ ਜਿੰਨਾ ਚਿਰ ਤੇਰੇ ਵੱਟ ਨਹੀਂ ਕੱਢ ਲੈਂਦੇ ਤੁੱਕ ਸਾਨੂੰ ਵੀ ਸਵਾਦ ਨਹੀਂ ਲੱਗਦਾ ਹੁਣ ਪੈਰ ਨਾਲ ਖਿਸਕਾ ਸਰਵੰਨ ਨੇ ਅਗਾਹ ਵੱਧ ਕੇ ਕਿਹਾ ਵੇਖੋ ਕਬਰ ਤੁਸੀਂ ਮੈਨੂੰ ਆਖਦੇ ਹੋ ਅੱਗੋਂ ਕੋਈ ਮਿੱਟੀ ਦੀ ਨਾ ਮੀਆਂ ਤਾਂ ਨਹੀਂ ਜਿਹੜਾ ਇਸ ਦੀਆਂ ਸਹਾਰੇ ਜਾਵੇ ਕੇਰੂ ਨੇ ਕਬਰ ਨੂੰ ਆਖ ਕੇ ਸਰਵਨ ਵੱਲ ਮੂੰਹ ਮੋੜਿਆ ਤੂੰ ਅੱਜ ਆਪਣੇ ਦਿਲ ਦਾ ਗੁਬਾਰ ਕੱਢ ਕੇ ਜਾਵੇਂ ਕਵਰ ਨੇ ਹਟਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਸਾਰਿਆਂ ਉੱਲੂਆਂ ਵਿੱਚ ਹੰਸ ਦੀ ਕੋਈ ਪੇਸ਼ ਨਾ ਗਈ ਸਗੋ ਵਰਜਦੇ ਨੇ ਆਪਣੀ ਬਾਹ ਤੇ ਵੀ ਇੱਕ ਖਾ ਲਈ ਅਤੇ ਮਜਬੂਰਨ ਪਿਛਾਂ ਹਟਣਾ ਪਿਆ ਕੇਰੂ ਨੇ ਆਦਮੀ ਭਾਵੇਂ ਥੋੜੇ ਸਨ ਫਿਰ ਵੀ ਉਹ ਡਟਵਾ ਮੁਕਾਬਲਾ ਕਰ ਰਹੇ ਸਨ ਡਾਂਗਾ ਟਕੂਏ ਅਤੇ ਗੰਡਾਸੇ ਦੁਪਾਸੜ ਕਾੜ ਕਾੜ ਵੱਜਦੇ ਰਹੇ ਅਤੇ ਇਸੇ ਵੱਧ ਦੇ ਜੋਸ਼ ਵਿੱਚ ਹੀ ਕੇਰੂ ਚਾਦਰੇ ਵਿੱਚ ਉਲਝ ਕੇ ਡਿੱਗ ਪਿਆ ਉਸਦੇ ਸਾਥੀ ਭੱਜ ਨਿਕਲੇ ਕੇਰੂ ਦੇ ਸੱਟਾਂ ਬਹੁਤ ਲੱਗੀਆਂ ਪਰ ਉਹ ਬਹੁਤ ਨਰਵਾ ਸੀ ਉਸ ਕੋਈ ਪਰਵਾਹ ਨਾ ਕੀਤੀ ਸਰਵਨ ਤੇ ਗਿੰਦਰ ਭੱਜਦਿਆਂ ਦੇ ਮਗਰ ਜਾ ਪਏ ਤਮਾਸ਼ਾ ਵੇਖਣ ਵਾਲੇ ਅੱਗੇ ਹੀ ਨੱਠ ਗਏ ਸਨ ਕੇਵਲ ਕਵਰ ਨੂੰ ਹੀ ਇਸ ਲੜਾਈ ਦਾ ਵਦੇਰੇ ਦੁਖ ਸੀ ਕੇਰੂ ਨੇ ਉੱਠਣ ਦਾ ਯਤਨ ਕੀਤਾ ਪਰ ਫੇਰ ਡਿੱਗ ਪਿਆ ਕਵਰ ਉਸ ਨੂੰ ਕਨੇੜੇ ਚੁੱਕ ਕੇ ਲਾਗੇ ਹੀ ਕਿਸੇ ਲੁਕਵੀਂ ਥਾਂ ਤੇ ਲੈ ਗਿਆ ਮਤਾ ਫੇਰ ਨਾ ਸੱਟਾਂ ਆ ਮਾਰਨ ਉਸ ਨੂੰ ਸਰਵਣ ਹੋਰਾਂ ਤੇ ਬੜਾ ਗੁੱਸਾ ਸੀ ਕਿਉਂਕਿ ਉਹਨਾਂ ਨੇ ਜਾਣ ਬੁੱਝ ਕੇ ਲੜਾਈ ਕੀਤੀ ਸੀ ਜਦੋਂ ਸਰਵਣ ਹੋਰੀ ਗਾਲਾਂ ਦੇ ਕੇ ਬਕਵਾਸ ਬੱਕ ਦੇ ਵਾਪਸ ਆਏ ਤਾਂ ਕਿਰ ਨੂੰ ਉੱਥੇ ਨਾ ਵੇਖ ਕੇ ਹੈਰਾਨ ਹੋਏ ਕਿ ਉਸ ਨੂੰ ਕੌਣ ਲੈ ਗਿਆ ਵਿੱਚੋਂ ਹੀ ਇੱਕ ਬੋਲਿਆ ਉਸ ਤੇ ਹੱਡ ਤੂਤ ਵਰਗੇ ਚੀੜੇ ਹਨ ਉਹ ਆਪ ਹੀ ਤੱਤੇ ਕਾ ਉੱਠ ਕੇ ਚਲਾ ਗਿਆ ਹੋਵੇਗਾ ਹਾਂ ਮਾਂ ਦੀ ਰਵਾ ਉੱਠ ਕੇ ਚਲਾ ਗਿਆ ਹੋ ਕੂਏ ਮੇਰੇ ਸਿੱਧੇ ਵੱਜੇ ਹੋਏ ਸਨ ਹੋਤੀ ਤੇ ਬਣੇ ਹੋਏ ਇਹ ਇੱਕ ਹੋਰ ਨੇ ਕਿਹਾ ਜੱਟ ਕੀ ਜਾਣੂ ਕਿਸੇ ਨਾਲ ਮੱਥਾ ਜੁੜਿਆ ਸੀ ਸਰਵਨ ਨੇ ਲਲਕਾਰਾ ਮਾਰ ਕੇ ਕਿਹਾ ਉਹ ਸਭ ਆਪਣੀ ਆਦਤ ਅਨੁਸਾਰ ਬੋਲਦੇ-ਬੋਲਦੇ ਮੁੜ ਗਏ ਕਵਰ ਨੇ ਮੋਕਾ ਤਾੜ ਕੇ ਘਿਹਰੂ ਨੂੰ ਕਨੇੜੇ ਚੁੱਕ ਉਸਦੇ ਘਰ ਪਹੁੰਚਾਇਆ ਉਸਦੇ ਮੂੰਹ ਵਿੱਚ ਸ਼ਰਾਬ ਦੇ ਦੋ ਚਾਰ ਕੁੱਟ ਪਾਏ ਅਤੇ ਗਰਮ ਰੋੜੀਆਂ ਦਾ ਸੇਕ ਦੇਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਸੱਟਾਂ ਕਾਫੀ ਵੱਜੀਆਂ ਹੋਈਆਂ ਸਨ kheeru ਆਪਣੇ ਆਪ ਨੂੰ ਕਾਇਮ ਕਰਕੇ ਬੋਲਿਆ ਮੈਨੂੰ ਅਫਸੋਸ ਏ ਕਬਰ ਕਿ ਉਹ ਕੁਝ ਨਾ ਹੋਇਆ ਜੋ ਤੂੰ ਚਾਹੁੰਦਾ ਸੀ ਜੇ ਤੂੰ ਮੇਰੇ ਦਿਲ ਦੀ ਪੁੱਛਦਾ ਏ ਤਾਂ ਮੇਰੀ ਲੜਨ ਦੀ ਉੱਕੀ ਸਲਾਹ ਨਹੀਂ ਸੀ ਮੈਂ ਪਿੱਛੇ ਹਟ ਕੇ ਰਾਜੀ ਸਾਂ ਪਰ ਜੱਟ ਹੰਕਾਰੇ ਗੱਲ ਪੈਣੇ ਕਦੋਂ ਹਟਦੇ ਹਨ ਖੈਰ ਕੀ ਹੋਇਆ ਮੈਨੂੰ ਥੋੜਾ ਤਕੜਾ ਹੋ ਲੈਣ ਦੇ ਉਹ ਭੋਲੇ ਭਰਾਵੋ ਤੁਹਾਨੂੰ ਕਿਵੇਂ ਸਮਝਾਵਾਂ ਕਿ ਤੁਸੀਂ ਗਲਤ ਜਾ ਰਹੇ ਹੋ ਤੁਸੀਂ ਜਿੱਦਾਂ ਨਹੀਂ ਛੱਡਦੇ ਤੇ ਉਜੜੀ ਜਾ ਰਹੇ ਹੋ ਕਵਰ ਨੇ ਅਫਸੋਸ ਨਾਲ ਕਿਹਾ ਤੇਰੀ ਭਰਾ ਬੜੀ ਮਿਹਰਬਾਨੀ ਸਾਡੇ ਮੂਰਖਾਂ ਪਿੱਛੇ ਤੈਨੂੰ ਐਨੀ ਤਕਲੀਫ ਹੋਈ ਮੇਰੇ ਦਿਲ ਤੇ ਤੇਰੀਆਂ ਗੱਲਾਂ ਬੜਾ ਅਸਰ ਕਰ ਰਹੀਆਂ ਹਨ ਪਰ ਕੀ ਕਰਾਂ ਬਸ ਇਸ ਕੀ ਕਰਾਂ ਨੂੰ ਹੀ ਦਿਲੋਂ ਕੱਢ ਪਾਓ ਇਹ ਜੱਟ ਨਹੀਂ ਬਸਨ ਦੇਣ ਦੇ ਕਵਰ ਠੀਕ ਜਾਣ ਜੋਰ ਜੋਰੀ ਕੋਈ ਕਿਸੇ ਨੂੰ ਲੜਾ ਸਕਦਾ ਏ ਭਲਾ ਕੇਹਰ ਤੂੰ ਹੀ ਦੱਸ ਮੈਂ ਇੰਨਾ ਸੱਟਾਂ ਦਾ ਦੁੱਖ ਹੁਣ ਭੁੱਲ ਜਾਵਾਂਗਾ ਮੈਂ ਮਰ ਤਾਂ ਨਹੀਂ ਗਿਆ ਹਾਲੇ ਜੇ ਇੱਕ ਤੇਰ ਦੂਜੇ ਦੀਆਂ ਗਲਤੀਆਂ ਦਾ ਤਿਆਗ ਕਰ ਦੇਵੇ ਤਾਂ ਦੂਜੀ ਆਪ ਹੀ ਇੱਕ ਦਿਨ ਸ਼ਰਮ ਖਾ ਕੇ ਵੈਰ ਭਾਵ ਛੱਡ ਦੇਵੇਗੀ ਕਵਰ ਨੇ ਸ਼ਾਂਤੀ ਨਾਲ ਕਿਹਾ ਹੁਣ ਹਨੇਰਾ ਬੜਾ ਹੋ ਗਿਆ ਏ ਕਮਰ ਤੂੰ ਘਰ ਨੂੰ ਜਾ ਇਹ ਸਿੜੀ ਸਿਆਪੇ ਛੇਤੀ ਨਹੀਂ ਮੁੱਕਣ ਵਾਲੇ ਤੂੰ ਜਾ ਕੇ ਆਰਾਮ ਕਰ ਚੰਗਾ ਆ ਕੇ ਕਮਰ ਚਲਾ ਗਿਆ ਪਰ ਉਸ ਨੂੰ ਹੱਦੋਂ ਵੱਧ ਅਫਸੋਸ ਸੀ ਕਿ ਉਹ ਆਪਣੇ ਮਿਸ਼ਨ ਵਿੱਚ ਨਾਕਾਮ ਰਿਹਾ ਸੀ ਉਸਮਾਨ ਵਿੱਚ ਕਿਹਾ ਇਹਨਾਂ ਮੂਰਖਾਂ ਦੀ ਅਕਲ ਵੀ ਰਾਤ ਦੇ ਹਨੇਰੇ ਵਰਗੀ ਅੰਨੀ ਹੈ ਧੰਨਵਾਦ ਇਹ ਸੀ ਅੱਜ ਦਾ ਸਾਡਾ ਦੂਜਾ ਭਾਗ ਅਗਲਾ ਭਾਗ ਸੁਣਨ ਵਾਸਤੇ ਆਡੀਓ ਨੋਵਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰੋ ਧੰਨਵਾਦ ਜੀ